विकास कार्यों संबंधी औजला और बस्सी ने की बैठक। वल्लभ ब्रिज, जोड़ा फाटक व अन्य कार्यों पर हुई चर्चा। औजला ने सिद्धू की नाराजगी को कम्युनिकेशन गैप बताया। इम्प्रूवमेंट ट्रस्ट अमृतसर के चल रहे कार्यों को लेकर आज सांसद गुरजीत सिंह औजला और ट्रस्ट के चेयरमैन दिनेश बस्सी ने एक बैठक की, जिसमें अलग अलग जगहों पर ट्रस्ट की ओर से चल रहे कार्यों का ट्रस्ट ने जायजा लिया। औजला ने सिद्धू द्वारा मुख्यमंत्री को हल्का ईस्ट के कार्यों को लेकर लिखे पत्र में जताई गई नाराजगी को कम्युनिकेशन गैप बताया। उन्होंने कहा कि हल्का ईस्ट में भी ट्रस्ट की ओर से बाकी हलकों की तरह कार्य चल रहे हैं। आपसे कम्युनिकेशन गैप के कारण नाराजगी की चर्चा चली थी, जो अब दूर कर दी जाएगी। ਇਹ ਗੱਲ ਮੈਂ ਚੇਅਰਮੈਨ ਸਾਹਿਬ ਨਾਲ ਵੀ ਜਦੋਂ ਗੱਲ ਮੈਨੂੰ ਪਤਾ ਲੱਗੀ ਇਹਨਾਂ ਨਾਲ ਵੀ ਕੀਤੀ ਔਰ ਪਹਿਲਾਂ ਵੀ ਮੈਂ ਇਹਨਾਂ ਨਾਲ ਕਾਫੀ ਵਾਰੀ ਗੱਲ ਕੀਤੀ ਕਿ ਕਾਫੀ ਜ਼ਿਆਦਾ ਪੈਸਾ ਜਿਹੜਾ ਟਰੱਸਟ ਵੱਲੋਂ ਈਸਟ ਹਲਕੇ ਚਲਾਇਆ ਜਾ ਰਿਹਾ। ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਸਾਰੇ ਸ਼ਹਿਰ ਦਾ ਖਿਆਲ ਰੱਖੋ, ਕਿਉਂਕਿ ਜਿਹੜਾ ਐਜ਼ ਏ ਮੈਂਬਰ ਪਾਰਲੀਮੈਂਟ ਮੈਨੂੰ ਸਾਰੇ ਹਲਕਿਆਂ ਦਾ ਦੇਖਣਾ ਪੈਂਦਾ ਕਿ ਬਰਾਬਰ ਜਿਹੜਾ ਬੈਲੈਂਸ ਕੰਮ ਚੱਲੇ। ਪਰ ਇਹਨਾਂ ਨੇ ਕਿਹਾ ਕਿ ਉੱਥੇ ਬਹੁਤ ਮੰਦੀ ਹਾਲਤ ਹੈ, ਇਸ ਕਰਕੇ ਅਸੀਂ ਉੱਥੇ ਕੰਮ ਕਰਨਾ ਜ਼ਿਆਦਾ ਜ਼ਰੂਰੀ ਹੈ। ਸੋ ਇਹਨਾਂ ਨੇ ਕਿਹਾ ਕਿ ਜਿਹੜਾ ਵੀ ਕੌਂਸਲਰ ਆਇਆ ਅਸੀਂ ਉਹਦੀ ਵੀ ਮਦਦ ਕਰਦੇ ਹਾਂ, ਹਰ ਇੱਕ ਦੀ ਮਦਦ ਕਰਦੇ ਹਾਂ। ਹੋ ਸਕਦਾ ਸਿੱਧੂ ਸਾਹਿਬ ਤੱਕ ਇਹ ਗੱਲ ਨਾ ਕਨਵੇ ਹੋਈ ਹੋਵੇ। ਬਾਕੀ ਜਿਹੜੇ ਪੁਲ ਆ, ਜੋੜਾ ਫਾਟਕ ਦਾ ਪੁਲ ਹੈ ਜਾਂ ਜਿਹੜਾ ਵੱਲੇ ਵਾਲਾ ਪੁਲ ਹੈ, ਉਹ ਵੀ ਈਸਟ ਹਲਕੇ ਦਾ। ਹੁਣ ਜੋੜੇ ਫਾਟਕ ਦੇ ਪੁਲ ਦਾ ਵੀ 24 ਕਰੋੜ ਰੁਪਈਆ ਜਿਹੜਾ ਉਹਨੂੰ ਜਮ੍ਹਾਂ ਕਰਾਤਾ ਆ। ਹੁਣ ਅਸੀਂ ਦਿੱਲੀ ਜਾ ਰਹੇ ਹਾਂ, ਉਹਦਾ ਮਤਲਬ ਛੇਤੀ ਟੈਂਡਰਿੰਗ ਕਰਨ ਦਾ ਉਹਨੂੰ ਪਰਸਿਊ ਕਰ ਰਹੇ ਹਾਂ। ਇਸੇ ਤਰੀਕੇ ਦੇ ਨਾਲ ਜਿਹੜਾ ਦੱਖਣੀ ਹਲਕੇ 'ਚ ਪੈਂਦਾ ਆ, ਸਾਬੇ ਬਣਨਾ ਆ ਤਰਨ ਤਾਰਨ ਰੋਡ 'ਤੇ, ਉਹ ਵੀ ਪਾਸ ਤਕਰੀਬਨ ਹੋ ਗਿਆ, ਉਹਦਾ ਵੀ ਥੋੜ੍ਹਾ ਜਿਹਾ ਕੰਮ ਰਹਿ ਗਿਆ। ਉਹ ਵੀ ਅਸੀਂ ਮੈਂ ਕੱਲ੍ਹ ਜਾ ਰਿਹਾ ਦਿੱਲੀ, ਉਹਨੂੰ ਵੀ ਪਰਸਿਊ ਕਰਕੇ ਉਹਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰਨੀ। ਸੋ ਸਿੱਧੂ ਸਾਹਿਬ ਨੂੰ ਹੋ ਤਾਂ ਕਿਤੇ ਨਾ ਕਿਤੇ ਕੋਈ ਗੱਲ 'ਚ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਹੋਵੇ, ਪਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਹਰ ਮੀਟਿੰਗ ਦਾ ਹਰ ਗੱਲ ਦਾ ਸੁਨੇਹਾ ਉਹਨਾਂ ਨੂੰ ਜ਼ਰੂਰ ਭੇਜਿਆ ਕਰੋ। ਉਹਨਾਂ ਦੇ ਹਲਕੇ ਦਾ ਕੰਮ ਉਹਨਾਂ ਨੂੰ ਪਤਾ ਹੋਣਾ ਚਾਹੀਦਾ, ਕਿਹੜਾ ਕੰਮ ਹੋ ਰਿਹਾ ਕਿਹੜਾ ਨਹੀਂ ਹੋ ਰਿਹਾ, ਤਾਂ ਕਿ ਉਹ ਜਵਾਬ ਦੇਣ। ਉੱਥੋਂ ਚੁਣੇ ਹੋਏ ਨੁਮਾਇੰਦੇ ਨੇ, MP ਸਾਹਿਬ ਦਾ ਹੁਕਮ ਹੋਇਆ ਸੀ, ਇਹਨਾਂ ਨੇ ਜਿਹੜੇ ਪੁਲ ਬਣ ਰਹੇ ਆ ਉਹਦੀ ਰਿਵਿਊ ਮੀਟਿੰਗ ਕੀਤੀ। ਜਿੰਨੇ ਵੀ ਸਾਡੇ ਡਿਵੈਲਪਮੈਂਟ ਦੇ ਕੰਮ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਸ਼ਹਿਰ ਵਿੱਚ ਕਰ ਰਹੀ ਹੈ, ਸਾਰਿਆਂ ਦਾ ਇਹਨਾਂ ਨੇ ਰਿਵਿਊ ਮੀਟਿੰਗ ਲਿੱਤੀ। ਜਿੱਦਾਂ ਜੋ ਸਾਨੂੰ ਪ੍ਰੋਬਲਮਸ ਆਉਂਦੀਆਂ ਸੀ ਅਸੀਂ ਇਹਨਾਂ ਨੂੰ ਜਾਣੂ ਕਰਾਉਂਦੇ ਰਹੇ, ਔਰ ਕੁਛ ਜਿੱਦਾਂ ਡੰਪ ਦੀ ਪ੍ਰੋਬਲਮ ਕਰਕੇ ਇੱਕ ਵੱਲੇ ਵਾਲੇ ਪੁਲ 'ਚ ਪ੍ਰੋਬਲਮ ਆਈ ਸੀ, ਉਹ ਅੱਜ ਉਹਨਾਂ ਨਾਲ ਮੀਟਿੰਗ ਕਰਕੇ ਆਏ, ਔਰ ਅਸੀਂ 1-2 ਦਿਨਾਂ ਦੇ ਵਿੱਚ ਹੀ ਦਿੱਲੀ ਜਾ ਰਹੇ ਹਾਂ। ਅਤੇ ਉਹ ਦਿੱਲੀ ਵਾਲੇ ਜਿਹੜੇ ਜੋੜਾ ਫਾਟਕ ਵਾਲਾ ਵੀ, ਉਹ ਵੀ ਟੈਂਡਰ ਲੱਗਣ ਲੱਗਾ, ਅਤੇ ਜੋ ਕੋਈ ਵੀ ਪ੍ਰੋਬਲਮਸ ਆ ਅਸੀਂ ਇਹਨਾਂ ਨੂੰ ਦੱਸੀਆਂ, ਉਹਨਾਂ ਦੀ ਜਲਦੀ ਤੋਂ ਜਲਦੀ ਹੱਲ ਕਰਾ ਰਹੇ ਨੇ। ਟਰੱਸਟ ਵੱਲੋਂ ਅੰਮ੍ਰਿਤਸਰ 'ਚ ਜਿਹੜੇ ਹੁਣ ਲੇਟੈਸਟ ਕਿੰਨੇ ਦੇ ਟੈਂਡਰ ਲੱਗ ਚੁੱਕੇ ਨੇ, ਕਿੱਥੇ ਕਿਹੜੇ ਕਿਹੜੇ ਹਲਕੇ ਵਾਸਤੇ ਕਿੰਨੇ ਕਿੰਨੇ ਟੈਂਡਰ ਲੱਗ ਚੁੱਕੇ? ਅਸੀਂ ਲਗਭਗ ਈਸਟ ਦੇ ਵਿੱਚ 7-8 ਕਰੋੜ ਦੇ ਲੱਗੇ, 20 ਕਰੋੜ ਦੇ ਈਸਟ 'ਚ ਲੱਗੇ ਆ, ਵੈਸਟ ਦੇ ਵਿੱਚ 7-8 ਕਰੋੜ ਦੇ ਆ, 10 ਕਰੋੜ ਦੇ ਆਸ ਪਾਸ ਸਾਊਥ ਦੇ ਆ, ਉਸ ਤੋਂ ਇਲਾਵਾ ਨੌਰਥ ਦੇ ਵਿੱਚ ਕੰਮ ਚੱਲ ਰਿਹਾ। ਹੁਣ ਦੁਬਾਰਾ ਅਸੀਂ ਜਿਹੜੀ ਮੀਟਿੰਗ ਕਰ ਰਹੇ ਹਾਂ ਉਹਦੇ ਵਿੱਚ ਨੌਰਥ ਦੇ ਹੋਰ 5 ਕਰੋੜ ਦੇ ਕੰਮ ਕਰ ਰਹੇ ਹਾਂ। ਕੋਈ ਵੀ ਹਲਕਾ ਐਸਾ ਨਹੀਂ, ਸੈਂਟਰਲ ਕੌਂਸਟੀਚੁਐਂਸੀ 'ਚ ਵੀ ਲੱਗੇ, ਕਿਸੇ ਵੀ ਹਲਕੇ ਦੇ ਵਿੱਚ ਜੋ ਵੀ ਸਾਨੂੰ ਕੋਈ ਕੌਂਸਲਰ ਸਾਹਿਬਾਨ, MLA ਸਾਹਿਬਾਨ ਜਾਂ ਕੋਈ ਸਾਡੇ ਬਲਾਕ ਪ੍ਰਧਾਨ ਜਾਂ MP ਸਭ ਕੁਛ ਲਿਖਦੇ ਨੇ, ਅਤੇ ਉਹ ਅਸੀਂ ਉਸੇ ਵੇਲੇ ਹਾਊਸ ਦੀ ਮੀਟਿੰਗ 'ਚ ਪਾ ਕੇ ਮੰਤਰੀ ਸਾਹਿਬ ਕੋਲ ਪਾਸ ਕਰਾ ਕੇ ਉਹਦੇ ਟੈਂਡਰ ਲਗਾਏ ਜਾ ਰਹੇ ਹਾਂ। ਡਿਵੈਲਪਮੈਂਟ ਦਾ ਕਿਤੇ ਵੀ ਕੋਈ ਐਸਾ ਕੰਮ ਨਹੀਂ ਕਿ ਡਿਵੈਲਪਮੈਂਟ ਰੁਕੇ ਜਾ ਰਹੇ। ਸਭ ਤੋਂ ਵੱਡਾ ਇਸ਼ੂ ਸੀ ਜਿਹੜਾ MP ਸਾਹਿਬ ਨੇ ਆਪਣੇ ਇਲੈਕਸ਼ਨ ਦੇ ਵਿੱਚ ਇੱਕ ਵਾਅਦਾ ਕੀਤਾ ਸੀ ਮਾਲ ਮੰਡੀ ਤੋਂ 100 ਫੁੱਟ ਰੋਡ 'ਤੇ ਨਾਲੇ ਦਾ, ਉਹ ਵੀ ਅੱਜ ਟੈਂਡਰ ਮੇਕ ਕੱਲ੍ਹ ਮੈਚੋਰ ਹੋ ਜਾਣਾ, ਉਹ ਵੀ ਟੈਂਡਰ ਖੋਲ੍ਹ ਕੇ ਔਰ ਉਹ ਵੀ ਜਲਦ ਕੰਮ ਸ਼ੁਰੂ ਕਰ ਰਹੇ, ਕਿਉਂਕਿ ਉਹ ਬਹੁਤ ਜ਼ਿਆਦਾ ਜ਼ਰੂਰੀ ਸੀ। ਫੋਕਲ ਪੁਆਇੰਟ ਤੋਂ ਲੈ ਕੇ ਜਿਹੜਾ ਸੀਵਰੇਜ ਵਗੈਰਾ ਦਾ ਜਾਮ ਹੁੰਦਾ ਸੀ, ਜਿਸ ਦਿਨ ਉਹ ਨਾਲਾ ਟੱਕਿਆ ਜਾਏਗਾ ਪਾਈਪਾਂ ਪੈ ਜਾਣਗੀਆਂ, ਅਤੇ ਉਹ ਇੱਕ ਸਮੱਸਿਆ ਬਹੁਤ ਵੱਡੀ ਹੱਲ ਹੋ ਜਾਏਗੀ। ਇੱਕ ਸਿਵਲ ਏਰੀਆ ਵਾਸਤੇ ਵੀ ਸਪੋਰਟਸ ਦੀ ਗੱਲ ਚੱਲ ਰਹੀ ਹੈ, ਕੀ ਹੈਗਾ ਕਿਹੜਾ ਵਾਲਾ ਉਹਦੇ ਵਿੱਚ ਜਿਹੜੇ ਉਹ ਹੈ ਸਾਡਾ ਕੋਰਟ ਕੇਸ ਚੱਲ ਰਿਹਾ ਵਾ, ਅਸੀਂ ਉਸ ਤੋਂ ਇਲਾਵਾ ਵੀ MP ਸਾਹਿਬ ਜਿੱਦਾਂ ਹੁਕਮ ਕਰਨਗੇ ਅਸੀਂ ਸਾਰੇ ਰਿਵਿਊ ਮੀਟਿੰਗ ਸਾਰੇ MLA ਸਾਹਿਬ ਨਾਲ ਕਰਕੇ ਫਾਈਨਲ ਕਰਾਂਗੇ ਜੀ।